Ooh.
रंग है व्यापारी हो जाता है, जहर उसनु चंगी लगती है, जहर उसनु मिठी लगती है। कने जानो तो विख्या में रचा है कहने जे भला उन समझ आ जाती भुलिया ना होता तो जरूर बचता होता उन्हें भुलण की निशानी रोज सुखमणी साहब पढ़ रहे हैं। जाने तो विख्या में रचे जे जाने तो अपने आप बचा जी जानता तो अपने आप बच जाता। कौन समझ के जानता हुआ जहर खाता है इनका मतलब अनजान तो बिखे बचे। भुल एक जिंदगी का सब तो वड्डा गुना है जिहड़ा गुना करांदा चला जाता है। भुल एक सब तो वड्डी बदकिस्मती है। ख्याल करे मेरे मालिक ने भुल अपने आप वास्ते नहीं रखी उन्हें चंगी नहीं लगती। वो भुल उसने सब कुछ हवाले कर दिता गुरु दे रब ने पर भुल उन्हें भी नहीं दिती। पलोपन ने भुलन अंदर सब को पर तो
ਸ਼ਕਤੀਆਂ ਐਸੀਆਂ ਨੇ ਜਿਨ੍ਹਾਂ ਕੋਲ ਕੁਝ ਨਹੀਂ। ਭਜਨ ਅੰਦਰ ਸਭ ਤੋਂ ਅਭੁੱਲ ਕੌਣ? ਗੁਰੂ ਕਰਤਾਰ। ਭੁੱਲ ਕੋਈ ਚੰਗੀ ਚੀਜ਼ ਨਹੀਂ, ਭੁੱਲ ਤੋਂ ਬਚਣਾ। ਜਿੰਨੀ ਸੰਸਾਰ ਅੰਦਰ ਸਿਆਣਪ, ਜਿੰਨੀ ਮਨੁੱਖ ਸੰਗਤ ਵਿੱਚੋਂ ਕੁਝ ਲੱਭਦਾ, ਉਹਦੇ ਪਿੱਛੇ ਇੱਕੋ ਖਿਆਲ ਹੁੰਦਾ ਹੈ, ਮੈਂ ਭੁੱਲਣਾ ਤੋਂ ਬਚ ਜਾ, ਮੈਨੂੰ ਪਤਾ ਹੋਵੇ। ਅਗਿਆਨ ਕੀ ਹੈ? ਭੁੱਲਣ ਤੋਂ ਬਚਾਉਣਾ। ਮੈਂ ਕੁਝ ਜਾਣ ਲਵਾਂ, ਭੁੱਲਣ ਤੋਂ ਬਚ ਜਾ। ਉਸ ਭੁੱਲਣ ਦਾ ਕਾਰਨ, ਉਸ ਭੁੱਲਣ ਦਾ ਦ੍ਰਿਸ਼, ਉਸ ਭੁੱਲਣ ਦਾ ਰੂਪ ਗੁਰੂ ਨੇ ਇਸ ਸ਼ਬਦ ਵਿੱਚ ਬਿਆਨ ਕੀਤਾ ਹੈ। ਸੋਨੇ ਦਾ ਤਿਆਗ ਕਰ ਰਿਹਾ, ਕੱਚ ਨੂੰ ਖਰੀਦ ਰਿਹਾ। ਵੈਰੀਆਂ ਨਾਲ ਗਲਵਕੜੀਆਂ ਪਾ ਰਿਹਾ, ਜਿਹੜੇ ਜੀਵਨ ਬਰਬਾਦ ਕਰ ਰਹੇ ਨੇ ਉਹਨਾਂ ਦੇ ਦੁਆਲੇ ਪਰਿਕਰਮਾ ਕਰ ਰਿਹਾ, ਤੇ ਜਿਹੜੇ ਜੀਵਨ ਸਰਸਾਰ ਆਬਾਦ ਚਾਹੁੰਦੇ ਨੇ, ਤੇਰੀ ਖੁਸ਼ੀਆਂ ਤੇ ਖੇੜੇ ਰੱਬ ਦੇ ਦਰੋਂ ਮਿਲਣ ਵਾਲਿਆਂ ਨੂੰ ਸੰਭਾਲਣਾ ਚਾਹੁੰਦੇ ਨੇ, ਉਹਨਾਂ ਨੂੰ ਵੈਰੀ ਬਣਾ ਬੈਠਾ। ਕਹਿੰਦਾ ਮੇਰੇ ਦੁਸ਼ਮਣ ਨੇ ਉਹਨਾਂ ਨੂੰ ਤਿਆਗ ਦਿੱਤਾ। ਕਾਕ ਬਿਹਾਜਨ ਕੰਚਨ ਛਾਡਣ, ਵੈਰੀ ਸੰਗ ਹੇਤ ਸਾਜਨ ਤਿਆਗ ਕਰੇ। ਵੈਰੀਆਂ ਨਾਲ ਮਿੱਤਰਤਾ ਨਾ ਦਿਓ, ਸੱਜਣਾਂ ਨੂੰ ਤਿਆਗ ਦਿੱਤਾ। ਹੋਵਣ ਕੌਰਾ ਅਨਹੋਵਣ ਮਿੱਠਾ, ਜਿਹੜਾ ਹਮੇਸ਼ਾ ਨਹੀਂ ਰਹਿੰਦਾ ਉਹਨੂੰ ਮਿੱਠਾ ਸਮਝਦਾ, ਤੇ ਜਿਹੜਾ ਹੋਵਣ ਹਮੇਸ਼ਾ ਹੋਦਾ, ਜਿਸਦੀ ਆਦ ਸੱਚ, ਦੁਆਦ ਸੱਚ, ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ, ਉਹ ਕੌੜਾ। ਆਵਾਜ਼ ਦੇ ਕੇ ਆਖਦਾ, ਕਹਿੰਦਾ ਮੇਰੇ ਮਨ ਦੀ ਇਹ ਅਵਸਥਾ ਹੈ, ਇਹ ਜੱਗ ਮਿੱਠਾ ਅਗਲਾ ਪਿੰਡ ਮਿੱਠਾ, ਇਹ ਦੁਨੀਆ ਇਹ ਸੰਸਾਰ ਹੀ ਮਿੱਠਾ ਹੈ। ਗੁਰੂ ਆਖ ਰਿਹਾ ਸੀ ਨਹੀਂ, ਗੁਸਾਈ ਮਹਿੰਦਾ ਹੈ ਠੜਾ, ਆਵਾ ਬੇਥਾ ਵੋ ਮਿੱਠਾ ਮਿੱਠਾ। ਪਰ ਇਹ ਕਹਿੰਦਾ ਨਹੀਂ, ਇਹ ਜੱਗ ਮਿੱਠਾ। ਗੁਰੂ ਨੇ ਆਖਿਆ ਭੁੱਲਣ ਦੀ ਨਿਸ਼ਾਨੀ ਕੀ ਹੈ? ਉਹ ਇੱਕ ਹੋਮਨ ਕੌਰਾ ਅਨਹੋਮਨ ਮਿੱਠਾ, ਵਿਖਿਆ ਮੈਂ ਲਿਪਟਾਏ ਚਰੇ, ਜ਼ਹਿਰ ਨੂੰ ਲਿਪਟਿਆ ਹੋਇਆ ਹੈ, ਉਹਦੇ ਨਾਲ ਸੰਬੰਧ ਜੋੜ ਬੈਠਾ ਹੈ। ਵਿਖਿਆ ਮੈਂ ਲਿਪਟਾਏ ਚਰੇ। ਅਗਲੇ ਪਾਸੇ ਗੱਲ ਕੀਤੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਅੰਧ ਕੂਪ ਮੈਂ ਪਰਿਓ ਪਰਾਣੇ, ਇਹ ਮਨੁੱਖ ਅੰਨੇ ਖੂਹ ਵਿੱਚ ਡਿੱਗ ਗਿਆ,
अंधेरे देखो बीच जिथे कुछ नहीं दिसता अंध कूप में परयो प्राणी भरम गुबार मोह बंद परे निरा ए नहीं कि डिग रहे है बन के सुटिया जा रहा है ताकि ए हाथ पैर मार के ताड़ के बाहर भी ना सके परमात्मा ने कहा कि मोह दे बंधन पाए हुए भी बन के सुटिया जा रहे अंध कूप में परे वो परानी परम गुबार मोह बंद परे कहने लगे हुन ते इको ही आस है ओ की कहो नानक प्रभु होत दयारा प्रभु रहमत करे कहो नानक प्रभु होत दयारा गुरु पेटे कांडे बन परे गुरु निरंकार रहमत करे ते मैनू गुरु मिल जाए गुरु नाल मेरा संबंध जुड़ जाए गुरु पेटे ते गुरु मैनू बाहों फड़ के इस अंधेरे इन्ने खूह चो बाहर कढ़ लै कौटानिक प्रभु दयारा गुरु पेटे कांडे बाहों फड़ के ਕਹਿੰਦੀ ਅਜੀਬ ਗੱਲ ਹੈ ਦੁਖਾਂਤ ਕੀ ਹੈ ਬਦਕਿਸਮਤੀ ਕੀ ਹੈ ਕਿ ਪ੍ਰਭ ਹੋਤ ਦਿਆਰਾ ਤੋਂ ਪਿਛਾ ਪਰਤਨ ਦਾ ਸਾਧਨ ਸੀ ਬਚਨ ਦਾ ਸਾਧਨ ਸੀ ਹੁਣ ਤੂੰ ਪ੍ਰਭੂ ਨੂੰ ਹੀ ਨਹੀਂ ਪਛਾਣਦਾ ਲੋ ਹੁਣ ਇਸ ਸ਼ਬਦ ਦੀ ਆਰੰਭ ਦੀ ਤੁਕ ਵੱਲ ਵੇਖੀਏ ਕਹਿੰਦੇ ਕਿੱਡੀ ਵੱਡੀ ਭੁੱਲ ਕਰ ਬੈਠਾ ਮੈਨੂੰ ਕਿਹੜਾ ਕੋਈ ਦੇਖਦਾ ਲੋ ਇੱਥੇ ਰੁਕਣਾ ਚਾਹੁੰਦਾ ਗੁਰਬਾਣੀ ਅੰਦਰ ਇਸ ਗੱਲ ਦਾ ਜਵਾਬ ਬੜਾ ਖੂਬਸੂਰਤ ਹੈ ਕਹਿੰਦੇ ਨੇ ਹਰ ਵੇਖੇ ਸੁਣੇ ਨਿੰਦ ਸਭ ਕਿਛ ਕੋਈ ਮੈਨੂੰ ਵੇਖਣ ਵਾਲਾ ਹੈ ਹੀ ਨਹੀਂ ਉਹ ਕੰਬੇਗਾ ਕਿਉਂ
ਤੇ ਜਿਹੜਾ ਕੰਬੇਗਾ ਨਹੀਂ ਉਹ ਪਛਤਾਏਗਾ ਕਿਉਂ ਕਿ ਜਿਹੜਾ ਪਛਤਾਏਗਾ ਨਹੀਂ ਉਹ ਵਾਪਸ ਕਿਉਂ ਪਰਤੇਗਾ ਉਹ ਗੁਨਾਹ ਪਾਪ ਛੱਡੇਗਾ ਕਿਉਂ ਛੱਡਦਾ ਹੀ ਨਹੀਂ ਮੈਂ ਵਾਰਸ ਕੀਤੀ ਸੀ ਕਿ ਚੋਰ ਓਨੀ ਦੇਰ ਚੋਰੀ ਨਹੀਂ ਛੱਡਦਾ ਜਿੰਨੀ ਦੇਰ ਉਹ ਸਮਝੇ ਮੇਰੀ ਚੋਰੀ ਛੁਪ ਸਕਦੀ ਮੈਨੂੰ ਵੇਖਣ ਵਾਲਾ ਕੋਈ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀ ਏ ਸੋ ਡਰੇ ਜਿਨ ਪਾਪ ਕਮਾਤੇ ਰਾਮ ਡਰਦੇ ਨੇ ਪਾਪ ਕਰਨ ਵਾਲੇ ਉਦੋਂ ਡਰਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਹਰ ਵੇਖੇ ਸੁਣੇ ਨਿਤ ਸਭ ਕੁਛ ਮੇਰੀ ਜਿੰਦੜੀ ਗੁਰਬਾਣੀ ਅੰਦਰ ਇੱਕ ਥਾਂ ਤੇ ਨੇ ਕਈ ਥਾਵਾਂ ਤੇ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਗੁਰੂ ਕਹਿੰਦੇ ਨੇ ਦਿਨ ਰਾਤ ਕਮਾਇੜੋ ਦਿਨ ਰਾਤ ਕਮਾਇੜੋ ਸੋ ਆਇਓ ਮਾਤੇ ਰਾਤ ਜੋ ਤੂੰ ਕਮਾ ਰਿਹਾ ਹੈ ਕਰ ਰਿਹਾ ਹੈ ਉਹ ਤੇਰੇ ਸਾਹਮਣੇ ਫਾਇਲ ਰੱਖ ਦਿੱਤੀ ਜਾਵੇਗੀ ਛੁਪਾ ਨਹੀਂ ਸਕੇਗਾ ਕਿਉਂ ਨਹੀਂ ਛੁਪਾ ਸਕੇਗਾ ਇਸ ਲਈ ਕਿਉਂਕਿ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੇ ਕਿੰਨੇ ਕੋਈ ਛੁਪਾਏ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਤੇਰੇ ਸਾਹਮਣੇ ਰੱਖ ਦਿੱਤਾ ਜਾਵੇਗਾ ਕਿਉਂ ਕਹਿਣ ਲੱਗੇ ਇਸ ਲਈ ਕਿਉਂਕਿ ਤੂੰ ਜਿੰਦੇ ਕੋਲੋਂ ਛੁਪ ਕੇ ਆਖਿਆ ਨਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਕੰਮ ਦਾ ਕਿਹੜਾ ਮੈਨੂੰ ਕੋਈ ਵੇਖਦਾ ਹੈ ਉਹ ਤਾਂ ਤੇਰੇ ਨਾਲ ਖਲੋਤਾ ਤੈਨੂੰ ਦੇਖ ਰਿਹਾ ਸੀ ਤੈਨੂੰ ਦਿਸਦਾ ਨਹੀਂ ਸੀ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੇ ਹੁਣ ਅੱਗੇ ਰਹੀ ਪੜੋ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਜੇ ਵਿਸ਼ਵਾਸ ਹੋਵੇ ਕਿ ਕਰਨਹਾਰਾ ਮਾਲਕ ਮੇਰੇ ਨਾਲ ਖਲੋਤਾ ਮੈਨੂੰ ਦੇਖ ਰਿਹਾ ਮੈਨੂੰ ਦਿਸਦਾ ਨਹੀਂ ਪਰ ਮੈਨੂੰ ਸੁਣ ਵੀ ਰਿਹਾ ਦੇਖ ਵੀ ਰਿਹਾ ਇੱਥੇ ਰੁਕਣਾ ਚਾਹੁੰਦਾ ਇਹਦਾ ਮਤਲਬ ਜੇ ਦੁਨੀਆਂ ਦੇ ਅੰਦਰ ਭਲਾਈ ਹੈ ਜੇ ਕੁਝ ਕੰਟਰੋਲ ਹੈ ਤਾਂ ਉਹ ਹੈ ਉਸ ਰੱਬ ਦਾ ਜਿਹੜਾ ਦਿਸਦਾ ਨਹੀਂ ਜਿਹੜਾ ਦਿਸਣ ਵਾਲਾ ਰੱਬ ਹੈ ਉਹਦੇ ਤੋਂ ਤਾਂ ਅਸੀਂ ਬਚ ਹੀ ਜਾਂਦੇ ਹਾਂ ਪੁਲਿਸ ਵਾਲਾ ਮੈਂ ਇੱਕ ਵਾਰ ਕੀਤੀ ਸੀ ਸਾਹਮਣੇ ਖਲੋਤਾ ਹੋ ਗਈ ਉਹਨੂੰ ਧੋਖਾ ਦੇ ਜਾਂਦੇ ਹਾਂ ਜਿਹੜੇ ਵੇਖਿਆ ਸਾਡੀ ਸਪੀਡ ਜ਼ਿਆਦਾ ਪੁਲਿਸ ਵਾਲੇ ਦੀ ਗੱਡੀ ਸਾਹਮਣੇ ਖਲੋਤੀ ਬ੍ਰੇਕ ਲਾ ਲਾ ਉਹਦੇ ਕੋਲੋਂ ਲੰਘ ਗਏ ਦੋ ਕਦਮ ਅੱਗੇ ਲੰਘੇ ਮੁੜ ਕੇ ਉਹ ਦਿਸਣ ਵਾਲਾ ਲੰਘ ਗਿਆ ਪਰ ਜਿਹੜਾ ਅਣਦਿਸਦਾ ਰੱਬ ਹੈ ਅਸਲ ਕੰਟਰੋਲ ਉਹ ਕਰਦਾ ਜਿੰਨੀ ਦੇਰ ਉਹ ਹਿਰਦੇ ਵਿੱਚ ਰੱਖੇ ਕਿ ਮਨੁੱਖ ਸੋਚੀ ਮੈਂ ਕਿਸੇ ਨਾਲ ਧੋਖਾ ਨਾ ਕਰਾਂ ਮੇਰਾ ਰੱਬ ਦੇਖਦਾ ਹਿਸਾਬ ਦੇਣਾ ਹੈ ਇਹ ਹੈ ਅਣਦਿਸਦਾ ਮੁੰਡੇ ਪਾਣੀ ਵੀ ਚੱਕਿਆ ਕਹਿਣ ਲੱਗੇ ਸੰਗ ਦੇਖੈ ਕਰਨਹਾਰਾ ਕਾਹੇ ਪਾਪ ਕਮਾਈਏ ਜਦੋਂ ਕਿਸੇ ਨਾਲ ਧੋਖਾ ਕਰਨ ਲੱਗੇ ਉਦੋਂ ਤੇਰੇ ਮਨ ਵਿੱਚ ਖਿਆਲ ਆਵੇ ਕੋਈ ਅਣਦਿਸਦਾ ਰੱਬ ਵੀ ਮੇਰੇ ਕੋਲ ਖਲੋਤਾ ਹੈ ਦਿਸਦੇ ਰੱਬ ਕੋਲੋਂ ਤਾਂ ਪਤਾ ਨਹੀਂ ਉਹਦੇ ਕੋਲੋਂ ਤਾਂ ਮੈਂ ਛੁਪਾ ਲਿਆ ਬਾਣੀ ਅੰਦਰ ਲੱਭਦੇ ਨੇ ਕਹਿਣ ਲੱਗੇ ਮਨਸਾ ਦੀ ਬਾਣੋ ਮਨਸਾ ਕਿਉਂ ਦੀ ਬਾਣੋ ਕੋਈ ਨਸ ਭੱਜ ਨਿਕਲਿਆ ਮਨਸਾ ਕੀ ਜਿਹੜਾ ਦਿਸਣ ਵਾਲੇ ਮਨੁੱਖ ਨੇ ਮਨਸ ਇਹਨਾਂ ਮਨੁੱਖਾਂ ਨੂੰ ਰੱਬ ਬਣਾਈ ਬੈਠਾ ਇਹ ਤਾਂ ਇੱਕ ਬੜਾ ਗਲਤ ਪਰੰਪਰਾ ਗਲਤ ਜਿਹਾ ਮਾਹੌਲ ਬਣ ਜਾਏਗਾ ਜੇ ਦੁਨੀਆਂ ਨੂੰ ਇਹ ਖਿਆਲ ਹੋ ਗਿਆ ਕਿ ਮਨੁੱਖ ਹੀ ਰੱਬ ਹੈ ਰੱਬ ਨਿਰਗੁਣ ਕੋਈ ਨਹੀਂ ਅਣਦਿਸਦਾ ਰੱਬ ਕੋਈ ਨਹੀਂ ਫਿਰ ਤਾਂ ਹਰ ਜ਼ੁਲਮ ਕਰਨ ਵਾਲਾ
हर चोरी करने वाला हर पाप करने वाला ऐसे खलो जाएगा मैनू कहना कोई देखता है उन्होंने को बचा कर लंघ जावगा ठीक है। असल में दुनिया के हम तक कंट्रोल है संसार अंदर ते उनका कारण है अणदिसदा रब जिहड़ा दिसदा नहीं। और ये ख्याल करियो जिन्ने रब प्रस्त लोग कई हो जा सकते ने जिहड़े अणदिसदे रब नू मनदे नहीं क्योंकि वह ही गुनाह कर लगे हैं वह ही जुल्म कर लगे हैं वह ही चोरी कर लगे हैं सोचते हैं साडा रब सानू देखता है दुनिया को छुपा सकने रब को नहीं छुपा सकते। जिस जिस दिन संसार अणदिसदे रब नू भुल गया उस तो गुमराह हो गया अखां बंद कर लईयां उस बारे विश्वास ही ना रखा उस दिन संसार की हालत यह हो जाएगी कि दुनिया के मनुख को मनुख तो आसानी ना अपने आप को छुपा के गुनाह कर सकता है आसानी ना हर पाप हर जुल्म बढ़ जाएगा भलिया संसार को तू की बनाना चाहना केवल जुल्म का घर केवल धोखे फरेबों का घर जिसका रब के हर थान से नहीं देख सकता बल्कि मैं हैरान होना जो मैं देखना आप चित्र नाटक विच की है सानू परेशानी की है उथे रब दिसदा बनाया गया है भगवान जिन्ना है विचित्र नाटक का वह सब दिसदा है भावें कृष्ण के नाम थले भावें राम के नाम थले भावें विष्णु के नाम थले भावें इंद्र के नाम थले सबू उन्होंने एक मनुख का रूप दे दिता है। पर श्री गुरु ग्रंथ की बाणी का एक ख्याल साझा करना चाहना बाबा नामदेव जी का शब्द मैं अपनी जबानों कुछ नहीं कहना चाहता हर गल सू श्री गुरु ग्रंथ साहब की बाणी को बाबा नामदेव जी का शब्द है जिसे कहने ने भैरव बहुत सूतला दावे कर वाहन उछार हो जाए अगले पास कहने शिव शिव करते जो नर दावे बल्द चले डोरू डुबकावे इनका मतलब बल्द कोई छुपी हुई चीज तो नहीं इसलिए डोरू कोई छुपी हुई चीज नहीं इसलिए जे बलद कोई छुपी नहीं देहधारी चीज है दिसदी चीज है तो उन्दे ते असवारी करने वाला जिहड़ा शिव है वह भी दिसदा इसलिए कहानियां बन गई शिव जी इतिहास हमेशा शरीर का बनता है। एक और ख्याल कर छोटी जी एग्जाम्पल देना चाहना इतिहास जिन्ना है वह शरीर का बनता है क्योंकि मनुख शरीर करके जो करता है उनका इतिहास बनता है हिस्ट्री बनती बाणी की शब्द की हिस्ट्री नहीं बनती हिस्ट्री बनती है देह यो कारण है संसार की हिस्ट्री के एने एने वे ग्रंथ बन गए महाभारत वर्गे रामायण वर्गे एडे एडे वे ग्रंथ बन गए हिस्ट्री के हिस्टोरियन लोग संसार अंदर बड़ी गिनती विच ने पर मैं पूछता उनके कोल पूछो रब की भी कोई हिस्ट्री बनी रब की उपासना के ख्याल दिते होंगे लोग रब ने उनके रूप का की मसला उन्हें कपड़े कहो जे पाउंदा है संसार अंदर होरना दे दसे जा सकते हैं रब दे भी दसे जा सकते कपड़े कहो जे पाउंदा है उनका रूप की बल्कि श्री गुरु ग्रंथ साहब ने अपनी बाणी अंदर एक थान से लफ्ज़ कह दिते कहने लगे रब बारे पूछन का मसला आ गया हम शिव शिव करते तो दस दिता भी बलद से चढ़ता है डोरू डमकांदा है शिव बारे दस दिता पर जो रब का मसला आया उदो की आखिया पूछो संत मेरो ठाकर कैसा दसो मेरा रब क्यों जी चढ़िया हो डरू डुमकांदा पर मैं प्रभु बारे नहीं दस सकता
मैं यही पूछना चाहना, तुम भवानी है? कहते ने दियो संदेशा प्रभु जी ओ कैसा के मोहन परमेशा। शिवा दा कोई मंदिर होएगा, आराम किसे मंदिर विच कैद नहीं, किसे मस्जिद विच कैद नहीं, किसे लिखे ने अल्लाह एक मस्जिद बसता है और मतलब किसके रहा के ये जी भी कर रहा है। ओ प्रभु जिड़ा दिसदा नहीं, जिंदा ठिकाना घर नहीं दिसदा, असी आखी ओ है ही नहीं। कह लगे दियो संदेशा प्रभु जी ओ कैसा के मोहन परमेशा, ते जवाब सी अंग अंग सुखदाई पूर्ण ब्रह्माई खान थनंतर देसा। मैं नहीं दस सकता कि इसका मतलब कोई है जिड़ा अधिक है, ते जे ओ अधिक है ते उनकी मानता जिस मनुख दे मन विच है, जिड़ा अधिक प्रभु नु मनदा है ओहो ही आखेगा पाप झूठ बोलन लगे हैं कि मैं झूठ किंदे सामने बोल रहा हूं। ये नहीं पछाण सकता, पर कोई होर भी है जिड़ा मेरे नाल खलोता है मैनू पछाणदा है। इस तुक दे की अर्थ करोगे? गुरु कहते ने भोली एहो है कि रब तेनू देख रहा है, हरी तेनू देख रहा है, सुन रहा है, ते तेनू पता ही नहीं। ऐसे काहे भूल भरे सुनते सदा संग हरे। कोई हरी है, कोई रब है जेड़ा हमेशा तेनू नाल खलोता देख भी रहा है, सुन भी रहा है। ओ मनुख नहीं हो सकता मनुख, क्योंकि हमेशा किसी दे नाल नहीं खलो सकता, ओ जरूर अधिक शक्ति है। बल्कि जदों असीं दिसण वाली मनुख नूं रब भगवान बनाया ब्राह्मण ने, भावें विचित्र नाटक पढ़ के देख लो, सानू बहुत की है उहदे विच, मैं हैरान हुंदा। जिन्ना भी मनुख रूप विच रब भगवान बनाया ना, ओ गुनाह भी कर सकदा सी, ਉਹ ਵਿਚਾਰੀ ਵੀ ਹੋ ਸਕਦਾ ਸੀ, ਉਹ ਸ਼ਰਾਬੀ ਵੀ ਹੋ ਸਕਦਾ ਸੀ, ਉਹ ਧੋਖਾ ਵੀ ਕਰ ਸਕਦਾ ਸੀ। ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਚਿੱਤਰ ਨਾਟਕ ਵਿੱਚ। ਆਪਾਂ ਕ੍ਰਿਸ਼ਨਾ ਅਵਤਾਰ ਪੜ੍ਹ ਲਓ ਚਿੱਤਰ ਨਾਟਕ ਦਾ, ਕਿਉਂਕਿ ਮਨੁੱਖ ਨੂੰ ਭਗਵਾਨ ਬਣਾਇਆ। ਕ੍ਰਿਸ਼ਨਾ ਅਵਤਾਰ ਪੜ੍ਹੋ, ਉੱਥੇ ਕ੍ਰਿਸ਼ਨ ਲਾਲਾ ਕ੍ਰਿਸ਼ਨ ਲੀਲਾ ਪੜ੍ਹੋ, ਪਤਾ ਲੱਗ ਜਾਏਗਾ। ਵਿਸ਼ਨੂੰ ਦਾ ਇਤਿਹਾਸ ਪੜ੍ਹੋ, ਜਲੰਧਰ ਦੇ ਦੈਨ ਦੀ ਕਟਵਾਲੀ ਦਾ ਸਤ ਭੰਗ ਕਰਨ ਵਾਸਤੇ ਇੱਕ ਭਗਵਾਨ ਜਾਂਦਾ, ਕਿੱਡੀ ਅਜੀਬ ਗੱਲ ਹੈ। ਕਹਿੰਦੇ ਤਾਂ ਪਤਾ ਨਹੀਂ, ਮੈਂ ਤਾਂ ਹੈਰਾਨ ਹੋਇਆ ਜਦੋਂ ਮੈਂ ਇਹ ਸਾਰੀਆਂ ਗੱਲਾਂ ਪੜ੍ਹੀਆਂ, ਤੇ ਫਿਰ ਮੈਂ ਸੋਚਿਆ ਗੱਲ ਠੀਕ ਹੈ ਜਿੱਥੇ ਉਹਨੇ ਕਾਲ ਉਸਤਤ ਵਿੱਚ ਇਹ ਲਿਖਿਆ ਨਾ, ਹੇ ਮੇਰੇ ਰੱਬ, ਹੇ ਮੇਰੇ ਭਗਵਾਨ, ਤੂੰ ਸ਼ਰਾਬ ਪੀਂਦਾ ਬੜਾ ਚੰਗਾ ਲੱਗਣਾ, ਕਿਉਂਕਿ ਬਣਾ ਦਿੱਤਾ ਦੇਹਧਾਰੀ, ਦੇਹਧਾਰੀ ਤਾਂ ਸ਼ਰਾਬ ਪੀਏਗਾ, ਉਹ ਵੀ ਪੀਏਗਾ। ਕਹਿੰਦਾ ਤੂੰ ਸ਼ਰਾਬ ਪੀਂਦਾ ਬੜਾ ਚੰਗਾ ਲੱਗਦਾ, ਤੂੰ ਭੈੜੇ ਕਰਮ ਕੁਕਰਮ ਕਰਦਾ ਬਹੁਤ ਚੰਗਾ ਲੱਗਦਾ। ਜਾਪ ਸਾਹਿਬ ਵਿੱਚ ਵੀ ਕਰਮ ਕਹਿ ਦਿੱਤਾ, ਨਮੋ ਨਿਤ ਨਾਰਾਇਣ ਕਰੂਰ ਕਰਮੇ। ਮੈਂ ਉਸ ਨਾਰਾਇਣ ਨੂੰ ਨਮਸਕਾਰ ਕਰਨਾ ਜਿਹੜਾ ਕਰੂਰ ਕਰਮੀ ਹੈ, ਭੈੜੇ ਕਰਮ ਕਰਦਾ ਹੈ। ਭੈੜੇ ਕਰਮ ਤਾਂ ਕੋਈ ਮਨੁੱਖ ਕਰ ਸਕਦਾ, ਰੱਬ ਨਹੀਂ ਕਰ ਸਕਦਾ, ਜਿੰਨੀ ਦੇਹ ਕੋਈ ਉਹਨੇ ਭੈੜੇ ਕਰਮ ਕੀ ਕਰਨੇ ਨੇ। ਕਰਮ ਦਾ ਹਿੱਸਾ ਜਿੰਨਾ ਹੈ ਉਹ ਦੇਹ ਨਾਲ ਸੰਬੰਧ ਰੱਖਦਾ, ਜਿੰਦੀ ਦੇਹ ਕੋਈ ਨਹੀਂ ਉਹ ਕੁਕਰਮ ਨਹੀਂ ਕਰ ਸਕਦਾ। ਉਹਦਾ ਨਤੀਜਾ ਨਿਕਲਿਆ ਕਿ ਸੰਸਾਰ ਕੁਕਰਮਾਂ ਵਿੱਚ ਪਿਆ, ਵੀ ਜੇ ਮੇਰਾ ਦੇਵਤਾ ਮੇਰਾ ਭਗਵਾਨ ਸ਼ਰਾਬ ਪੀ ਸਕਦਾ, ਮੈਨੂੰ ਕੌਣ ਰੋਕ ਸਕਦਾ। ਉਹ ਇਹੋ ਕਾਰਨ ਜੇ ਜਦੋਂ ਹਿਸਟਰੀ ਪੜ੍ਹਨਾ ਤੇ ਹੈਰਾਨ ਹੁੰਦਾ, ਇਸੇ ਚੀਜ਼ ਨੇ ਨਸ਼ੇ ਸਾਡੇ ਅੰਦਰ ਵੀ ਲਿਆਉਂਦੇ।
कल ही किसी सर्जन ने पाई सी वीडियो टेप जिंदे विच स्पष्ट संसाडे इतिहास पुकारा ने की कुछ कर दिता कि गुरु गोबिंद सिंह साहब ने 22 साल की उम्र विच नशे करने शुरू कर दिते सन। मैं पूछना भी जे गुरु गोबिंद सिंह साहब ने 22 साल की उम्र विच नशे करने शुरू कर दिते सन ते सारी जिंदगी नशे कीते ने ते फिर उनके सिख नूं जां उनके सिख बच्चे नूं असीं किवें नशियां तों होवांगे। पर एक ख्याल करो ये देह दे नाल लाए जा सकते हैं। जदों असीं गुरु नूं जोत आखांगे फिर ना नहीं लग सकते। जोत होवा जुगत साए सिखाए फिर पलटी। इसलिए गुरु ने सिख नूं देह नाल नहीं जोत नाल जोड़िया है। ते जोत केड़ी है देख ओ हरी दी जोत है। ओ कुकर्म नहीं कर सकती तो झूठ नहीं बोल सकते। ते संसार अंदर जे जुल्म झूठ फरेब मिटाउना है खत्म करना है ता तुहानू अदेख रब दी होंद कायम रखनी पाएगी। मन अंदर जिस जिहड़ा साडे मन विच ये ख्याल करके कह करे कि होर कोई नहीं देखता मैं झूठ ना बोला मेरा रब ते मैनू देखता। गुरु ने बाणी विच इहो गल आखी कहन लगे जिस पास लुकाइंदड़ो सो वेखी साथे। गुरु ने बाणी अंदर इसे भी यह कहता मनसा क्यों दी बाणू को नस भज निकले हर दी बाणू को किथे जाया। मनुख को छुपा सकना है रब दी अदालत में क्यों किथे जावेगा। फिर इन मतलब रब मनुख नहीं बस आप की देख बाणी का फैसला है। मनसा दी बाणू को नस भज निकले हर दी बाणों को किथे जाया। इन मतलब हरी ते मानस विच फर्क है। मानस दिसदा हरी दिसदा नहीं वो मेरे कोल है शक्ति रूप है। ते जे तू अदेख प्रभु दी मानता खत्म करना है समाज विचों ता ख्याल करी तू समाज नूं उस अंधे खूह विच सुट देवेगा जिथों मुड़ के कदी वह निकल नहीं सकेगा। निकलन का एक ही तरीका जरा गुरु ने कह दिता कहो नानक प्रभु हो दयारा। प्रभु जेड़ा आदेख है वो दयाल होवे ते रहमत करके मैनू अपुल गुरु मिला देवे। गुर भेटे काढ़े पाव परे उन्दे लई एक परमात्मा प्रभु जेड़ा आदेख है हर थां ते मौजूद है। कोई ऐसा नहीं तू सबनी थाई जिथे हो जाई साचा सिरजनहार जीव। गुरबाणी तो सानू बार बार हर वेले प्रेरित कोई ऐसा मनुख है जिहड़ा हर थां ते मेरे नाल रहे। ते गुरु आखे तू सबनी थाई कोई रिश्तेदार कोई संबंधी कोई ऐसा मित्र कोई ऐसा रिश्ता जिहड़ा हर पद कदम ते हर पल हमारा साढ़े साढ़े तुहाडे दरम्यान कोई वखेवा ना पवे हर वक्त नाल रहे। उह तां दिल अतारी हो सकदा उह सभनी थाई जिथे हो जाई तू कौन है साचा सिरजनहार जी जिन्हें सानू बनाया जिन्हें कुदरत साजी जिन्हें ब्रह्मंड बनाया है जिन्हें संसार की सिरजना कीती है। ते जे असी उसे नूं आखांगे वो है ही नहीं क्योंकि जिसदा है केड़ी अजीब गल पिछली बार कीती सी केड़ी अजीब गल है साढ़े अंदर जीवन बैठा है असी मान रहे हैं सानू कोई आखे कि जीवन है ही नहीं क्योंकि जिसदा नहीं। ते बहस कीती सी किसे डॉक्टर नूं आखो ऑपरेशन करके पर अंदरों कोई मैनू अपना जीवन विखा दे कोई होंदा है ना अंदर कोई है जिन्हें सानू बोलन दी सुनन दी देखन दी शक्ति दी पर दिसदा नहीं। बल्कि मैं एक बार अर्ज कीती सी कि जिन्नी शक्ति है वह अदिख है शक्ति अदिख है जिन्दे विच वरतदी है वह जरूर दिसण वाला हो सकता है। ते गुरु तेग बहादुर साहब जी दी तो काज फिर वो दोहरा दिया जिन्दे विच गुरु तेग बहादुर साहब ने स्पष्ट आख्या कहन लगे साधो ए तन मिथ्या जानो
ਇਹ ਜਿਹੜਾ ਦਿਸਦਾ ਤਨ ਹੈ ਨਾ, ਦਿਸਦਾ ਸਰੀਰ ਹੈ, ਇਹ ਝੂਠਾ ਹੈ, ਇਹ ਹਮੇਸ਼ਾ ਨਹੀਂ ਰਹਿਣਾ, ਇਹ ਮਿੱਟੀ ਹੋ ਜਾਣੀ ਹੈ। ਸਾਧੋ ਇਹ ਤਨ ਮਿੱਥਿਆ ਜਾਣੋ, ਪਰ ਕਹਿਣ ਲੱਗੇ ਯਾ ਭੀਤਰ ਜੋ ਰਾਮ ਵਸਦਾ ਹੈ ਸੱਚ ਉਹ ਤਾਂ ਜਾਣੋ। ਉਹ ਜਿਹੜਾ ਅੰਦਰ ਰਾਮ ਬੈਠਾ ਹੈ ਉਹ ਰੱਬ ਕੋਈ ਦਿਸਦਾ ਹੈ? ਕੋਈ ਪ੍ਰੈਸ਼ਨ ਕਰਕੇ ਆਖੋ ਕਿਸੇ ਨੂੰ ਮੈਨੂੰ ਅੰਦਰੋਂ ਰੱਬ ਦਿਖਾ ਦੇਵੇ। ਕਹਿਣ ਲੱਗੇ ਯਾ ਭੀਤਰ ਜੋ ਰਾਮ ਵਸਦਾ ਹੈ ਸੱਚ ਉਹ ਤਾਂ ਹੀ ਪਛਾਣੋ। ਪਰ ਸਾਡੀ ਗੁਸਤਾਖੀ ਗਲਤੀ ਇਹ ਹੈ ਕਿ ਜਿਹੜੀ ਚੀਜ਼ ਸਾਨੂੰ ਦਿਸਦੀ ਨਹੀਂ ਅਸੀਂ ਆਉਂਦੇ ਹੈ ਹੀ ਨਹੀਂ। ਇਹ ਜਗ ਮਿੱਠਾ ਬਲਕਿ ਮਿੱਠਾ, ਕਿਉਂਕਿ ਮਨੁੱਖਤਾ ਸੰਸਾਰ ਦੁਨੀਆਂ ਦੁਨੀਆਂ ਦੇ ਸਾਰੇ ਪਦਾਰਥ ਇਹ ਸਾਨੂੰ ਦਿਸਦੇ ਨੇ। ਬਸ ਇਹੋ ਹੀ ਰੱਬ ਹੈ ਜਿਹੜਾ ਦਿਸਦਾ ਨਹੀਂ ਉਹ ਕਰਦਾ। ਗੁਰੂ ਨੇ ਆਖਿਆ ਸਭ ਤੋਂ ਵੱਡੀ ਤੇਰੀ ਭੁੱਲ ਹੀ ਇਹੋ ਹੈ। ਆਪਣੇ ਜੀਵਨ ਦੇ ਅੰਗ ਸੰਗ ਸਮਝਦੇ ਹਾਂ, ਉਹਨੂੰ ਦੇ ਸਾਜਾ ਸਾਡਾ ਸਮਾਜ ਪਵਿੱਤਰ, ਉਹਨੂੰ ਪਵਿੱਤਰਤਾ ਦਾ ਰਾਹ ਮਿਲਦਾ ਰਹੇਗਾ। ਇਹ ਗੱਲ ਵੱਖਰੀ ਹੈ ਕਿ ਉਹ ਮੰਨੇ ਨਾ ਕਿ ਰੱਬ ਮੇਰੇ ਨਾਲ ਹੈ, ਉਹ ਫਿਰ ਰੱਬਪ੍ਰਸਤ ਨਹੀਂ ਹੋ ਸਕਦਾ। ਅਤੇ ਜਿਹੜਾ ਇਸ ਗੱਲ 'ਤੇ ਵਿਸ਼ਵਾਸ ਕਰੇ ਕਿ ਕੋਈ ਅਦਿੱਖ ਸ਼ਕਤੀ ਪ੍ਰਭੂ ਹਰ ਵਕਤ ਮੇਰੇ ਨਾਲ ਹੈ, ਮੈਨੂੰ ਦੇਖ ਸੁਣ ਰਿਹਾ, ਉਹ ਹੀ ਸਮਾਜ ਨੂੰ ਪਵਿੱਤਰ ਬਣਾ ਸਕਦਾ ਅਤੇ ਸਮਾਜ ਤਾਂ ਹੀ ਪਵਿੱਤਰ ਰਹਿ ਸਕਦਾ ਹੈ। ਕਿਸੇ ਨਾਲ ਧੋਖਾ ਕਰਨ ਤੋਂ ਪਹਿਲਾਂ, ਕਿਸੇ ਨਾਲ ਜ਼ੁਲਮ ਕਰਨ ਤੋਂ ਪਹਿਲਾਂ, ਕਿਸੇ ਨਾਲ ਅਨਿਆਏ ਕਰਨ ਤੋਂ ਪਹਿਲਾਂ ਤੇਰੇ ਮਨ ਵਿੱਚ ਇਹ ਖਿਆਲ ਆਵੇ ਕਿ ਕੋਈ ਅਦਿੱਖ ਸ਼ਕਤੀ ਪਰਮਾਤਮਾ ਪ੍ਰਭੂ ਮੇਰੇ ਨਾਲ ਹੈ, ਉਹ ਹਰ ਵਕਤ ਮੈਨੂੰ ਦੇਖ ਰਿਹਾ, ਮੈਂ ਦੁਨੀਆਂ ਦੀ ਨਿਗਾਹ ਤੋਂ ਬਚ ਸਕਣਾ, ਉਹਦੀ ਨਿਗਾਹ ਤੋਂ ਨਹੀਂ ਬਚ ਸਕਦਾ। ਬਸ ਇਹੋ ਇੱਕ ਐਸੇ ਸਾਧਨ ਹੈ, ਕਨਸੈਪਟ ਹੈ, ਜਿਹਦੇ ਨਾਲ ਸਮਾਜ ਨੂੰ ਪਵਿੱਤਰ ਅਤੇ ਮਹਾਨ ਬਣਾਇਆ ਜਾ ਸਕਦਾ, ਖੂਬਸੂਰਤ ਬਣਾਇਆ ਜਾ ਸਕਦਾ। ਪਰ ਜੇ ਅਸੀਂ ਉਸ ਰੱਬ ਨੂੰ ਦੀ ਹੋਂਦ ਨੂੰ ਨਾ ਕਬੂਲਾਂਗੇ ਤਾਂ ਫਿਰ ਇਹ ਸੰਸਾਰ, ਅਸੀਂ ਆਖੀਏ ਕੋਈ ਪੁਲਿਸ ਵਾਲਾ, ਕੋਈ ਸੰਸਾਰ ਦਾ ਮਨੁੱਖ ਜਾਂ ਸੰਸਾਰ ਦੇ ਕਿਸੇ ਅਦਾਲਤ ਵਿੱਚ ਬੈਠਾ ਹੋਇਆ ਕੋਈ ਜੱਜ ਇਸ ਸੰਸਾਰ ਨੂੰ ਪਵਿੱਤਰ ਬਣਾ ਦੇਵੇ, ਨਹੀਂ ਬਣਾ ਸਕਦਾ, ਕਿਉਂਕਿ ਉਹਨਾਂ ਕੋਲੋਂ ਤਾਂ ਬਚਣ ਵਾਸਤੇ ਵਕੀਲ ਵੀ ਝੂਠ ਬੋਲ ਜਾਂਦੇ ਨੇ, ਸਾਰਾ ਕੁਝ ਹੁੰਦਾ ਹੈ। ਇਸ ਲਈ ਇੱਕੋ ਇੱਕ ਹੈ ਐਸੀ ਅਦਾਲਤ ਜਿਹਦੇ ਸਾਹਮਣੇ ਝੂਠ ਨਹੀਂ ਚੱਲਦਾ, ਉਹਦੇ ਉੱਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਅਤੇ ਉਹਦਾ ਵਿਸ਼ਵਾਸ ਹੀ ਸਾਡੇ ਸਮਾਜ ਨੂੰ ਪਵਿੱਤਰ ਅਤੇ ਸੁਚੱਜਾ ਬਣਾ ਸਕਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਲੈ ਚੁੱਕਾ,
फतेह बुलाओ। वाहेगुरु जी का खालसा, वाहेगुरु।